ਪਾਠ 14ਵਾਂ ਅਸਲੀ ਮੰਦਰ ਘਰ ਵਿੱਚ ਬਜ਼ੁਰਗਾਂ ਦੇ ਮਹੱਤਵ ਨੂੰ ਸਮਝਾਉਂਦੇ ਹੋਏ ਬਜ਼ੁਰਗਾਂ ਦਾ ਭਰਪੂਰ ਆਦਰ ਕਰਨ ਦੀ ਪ੍ਰੇਰਣਾ ਪ੍ਰਦਾਨ ਕਰਨੀ ਕਿਰਨਦੀਪ ਤੇ ਬਾਬਾ ਜੀ ਨੇ ਬਹੁਤ ਵਧੀਆ ਅੰਗੂਰਾਂ ਦੀ ਨਿੱਕੀ ਜਹੀ ਵੇਲ ਲਿਆ ਕੇ ਕੋਠੀ ਦੇ ਪਾਰਕ ਵਿੱਚ ਲਾਈ ਉਹਨਾਂ ਨੇ ਆਪਣੇ ਪੋਤਰੀ ਨੂੰ ਕਿਹਾ ਬੇਟਾ ਕਿਰਨਦੀਪ ਤੂੰ ਸਵੇਰੇ ਉੱਠ ਕੇ ਨਿਤ ਇਸ ਵੇਲ ਨੂੰ ਪਾਣੀ ਪਾਇਆ ਕਰੀਂ ਚੰਗੀ ਤਰ੍ਹਾਂ ਇਸ ਦੀ ਸੇਵਾ ਕਰੇਗਾ ਤਾਂ ਹੀ ਇਸ ਨੂੰ ਬਹੁਤ ਵਧੀਆ ਅੰਗੂਰ ਲੱਗਣਗੇ। ਬਾਬਾ ਜੀ ਮੈਂ ਨਿਤ ਇਸ ਨੂੰ ਪਾਣੀ ਪਾਇਆ ਕਰਾਂਗਾ। ਕਿਰਨਦੀਪ ਨੇ ਵੀ ਬੜੇ ਸਤਕਾਰ ਨਾਲ ਉੱਤਰ ਦਿੱਤਾ। ਕਿਰਨਦੀਪ ਨਿਤ ਸਵੇਰੇ ਉੱਠਦਾ ਸੀ। ਫੇਰ ਕਸਰਤ ਕਰਦਾ ਸੀ। ਕਸਰਤ ਕਰਨ ਕੀ ਇੱਕ ਕਹਿੰਦਾ ਹੋਇਆ ਵੇਲ ਨੂੰ ਪਾਣੀ ਪਾਉਂਦਾ ਸੀ। ਵਾਦ ਤੇਰੀ ਪਿਆਰੀ ਭੈਣ ਵਦ ਛੇਤੀ ਛੇਤੀ ਵਦ ਕਿਰਨਦੀਪ ਨਿੱਤ ਵੇਲ ਨੂੰ ਪਾਣੀ ਪਾਉਂਦਾ ਸੀ। ਉਹ 8ਵੇਂ ਦਿਨ ਬੜੇ ਧਿਆਨ ਨਾਲ ਵੇਲ ਨੂੰ ਗੋਡੀ ਵੀ ਕਾਟਾ ਸੀ। ਜਦ ਗੋਡੀ ਕਰਦਾ ਸੀ ਤਾਂ ਇਉਂ ਗਾਉਂਦਾ ਸੀ। ਵੱਧਦੀ ਜਾ ਵੱਧਦੀ ਜਾ ਮਿੱਠੇ ਮਿੱਠੇ ਅੰਗੂਰ ਖਵਾ ਚੇਨਾ ਨਾ ਪੈਣ ਵੱਧਦੀ ਜਾ ਵੱਧਦੀ ਜਾ। 2 ਸਾਲ ਮਗਰੋਂ ਵੇਲ ਨੂੰ ਫੂਰ ਪੈ ਗਿਆ। ਫੂਰ ਤੋਂ ਨਿੱਕੇ ਨਿੱਕੇ ਹਰੇ ਮੋਤੀਆਂ ਵਰਗੇ ਅੰਗੂਰ ਬਣ ਗਏ। ਅੰਗੂਰਾਂ ਨੂੰ ਵੇਖ ਕੇ ਕਿਰਨਦੀਪ ਬਹੁਤ ਖੁਸ਼ ਹੁੰਦਾ ਸੀ। ਪਿਆਰ ਨਾਲ ਪਾਣੀ ਵੀ ਪਾਉਂਦਾ ਸੀ। ਕਿਰਨਦੀਪ ਨੇ ਅੰਗੂਰਾਂ ਨੂੰ ਜਾਨਵਰਾਂ ਤੇ ਪੰਛੀਆਂ ਤੋਂ ਬਚਾਉਣ ਲਈ ਅੰਗੂਰਾਂ ਦੇ ਗੁੱਛਿਆਂ ਦੇ ਦੁਆਲੇ ਬਹੁਤ ਸੋਹਣੀਆਂ ਮਲਮਲ ਦੀਆਂ ਗੁੱਥਲੀਆਂ ਪਾ ਦਿੱਤੀਆਂ। ਮਲਮਲ ਦਾ ਰੰਗ ਹਲਕਾ ਪੀਲਾ ਸੀ। ਪੀਲੇ ਰੰਗ ਦੀਆਂ ਗੁੱਥਲੀਆਂ ਬਹੁਤ ਪਿਆਰੀਆਂ ਲੱਗਦੀਆਂ ਸਨ। ਅੰਗੂਰ ਮੋਟੇ ਹੁੰਦੇ ਗਏ ਅੰਗੂਰ ਪੱਕਣ ਲੱਗ ਪਏ ਉਹ ਮੋਤੀਆਂ ਵਾਂਗ ਲਿਸ਼ਕਣ ਲੱਗ ਪਏ ਦੂਜੇ ਚੌਥੇ ਦਿਨ ਕਿਰਨਦੀਪ ਗੁੱਥਲੀਆਂ ਨੂੰ ਖੋਰ ਕੇ ਦੇਖਦਾ ਸੀ ਕਿਰਨਦੀਪ ਨੇ ਇੱਕ ਦਿਨ ਗੁੱਥਲੀ ਨੂੰ ਖੋਲ ਕੇ ਦੇਖਿਆ ਅੰਗੂਰਾ ਦਾ ਇੱਕ ਗੁੱਛਾ ਪੱਕ ਗਿਆ ਸੀ ਅੰਗੂਰ ਲਿਸ਼ਕਾ ਮਾਰ ਰਹੇ ਸਨ ਅੰਗੂਰਾ ਦੀ ਚਮਕ ਤੋਂ ਪਤਾ ਲੱਗਦਾ ਸੀ ਕਿ ਅੰਗੂਰ ਚੰਗੀ ਤਰ੍ਹਾਂ ਪੱਕ ਗਏ ਹਨ ਉਹ ਮਿੱਠੇ ਰਸ ਨਾਲ ਭਰੇ ਹੋਏ ਹਨ। ਕਿਰਨਦੀਪ ਨੇ ਆਪਣੀ ਮਾਤਾ ਜੀ ਨੂੰ ਪੱਕੇ ਗੁੱच्छੇ ਬਾਰੇ ਦੱਸਿਆ। ਕਿਰਨਦੀਪ ਦੀ ਮਾਤਾ ਆਪ ਵੇਖਣ ਆਈ। ਉਹ ਪੱਕੇ ਗੁੱच्छੇ ਨੂੰ ਵੇਖ ਕੇ ਬਹੁਤ ਖੁਸ਼ ਹੋਈ। ਮਾਤਾ ਨੇ ਬੜੀ ਸਾਵਧਾਨੀ ਨਾਲ ਅੰਗੂਰਾਂ ਦਾ ਗੁੱਛਾ ਕਟਿਆ। ਇੱਕ ਵੀ ਪੱਕਾ ਅੰਗੂਰ ਡਿੱਗਣਾਂ ਦਿੱਤਾ। ਗੁੱਛਾ ਪਲੇਟ ਵਿੱਚ ਪਿਆ, ਇੰਨ ਲੱਗਦਾ ਸੀ ਜਿਵੇਂ ਹਲਕੇ ਪੀਲੇ ਰੰਗ ਦੇ ਹੀਰੀਆਂ ਦਾ ਗੁੱਛਾ ਹੋਵੇ। ਗਿਰਨਦੀਪ ਨੇ ਉੱਚੀ ਆਵਾਜ਼ ਵਿੱਚ ਕਿਹਾ ਪਿਤਾ ਜੀ ਆਓ ਵੇਖੋ ਅੰਗੂਰਾਂ ਦਾ ਗੁੱਛਾ